वालेकुम दोस्तों, की हाल चाल है जी। मैं मोहम्मद शाहद, उम्मीद है कि सब भाई खैरियत में होंगे। फैसल भाई जी, लुडन मंडी, आज डेट हैगी 6 नवंबर हो गई है। तो फैसल भाई सब कैसा चल रहा? अलहमदुल्ला ठीक ठाक। राती वीडियो लाई थी, बच्चे बड़े चंगे सी वीडियो दे विच। किन्ने वेखे? 4 बच्चे सेल हो गए ने, कराची दिते ने। मलीर मंडी, मलीर मंडी है। बाकी ओवरऑल सुना कैसा? माशाल्लाह तेरी वीडियो लग रही, पसंद बहुत करते बंदे तेरी। सही, माशाल्लाह माल अपना ऑनलाइन बिकी जांदा है। फिलहाल लुडन मंडी दे विच मौजूद हां। इस टाइम लुडन मंडी खड़े हां जी। तो माल खरीदी जाने, बेची भी जाने, इत्थे भी। इस तो बाद डेरे ते भी आंदे बंदे? डेरे ते भी अपने कोल मौजूद रहंदे ने बच्चे। जनमर किन्ने हुंदे डेरे ते? अगर कोई बंदा पार्टी आनी चाहे तुहाडे कोल? तकरीबन अपने कोल 20-25 बच्चे तक लै सकदा बंदा इकट्ठे भी। एक हफ्ते दे विच 35-40 जानवर अल्लाह दे शुक्र से कीती जांदे। जबरदस्त हो गया। इत्थे हुण इत्थे लुडन मंडी आ, इस तों बाद मुल्तान जावांगे। मुल्तानों जानवर लैके हफ्ते वाले दिन उत्थे बेचांगे, फिर इतवार नूं शेखवान जावांगे। मंडियां 'च ही रहिंदे यानी? मंडियां 'च ही रहिंदे, घरे भी पालते काफी आंदे पे। लाहौर सियालकोट तों आंदे पे ने इत्थे भी। जबरदस्त हो गया। फैसल भाई आ जी, ऑनलाइन बहुत अच्छा काम कर रहे ने। वीडियो इन्हां दी यूट्यूब ते फेसबुक ते बंदे बड़ी पसंद करदे ने। रेट बड़े मुनासिब हुंदे, सब तों वड्डी गल आ। ਇੱਦਾਂ ਦਾ ਜਿਹੜਾ ਅਲੱਗ ਮਾਲ ਕਲਰ ਵਾਲਾ ਮਾਲ ਹੁੰਦਾ, ਉਹਦੇ ਰੇਟ ਬੜੇ ਮਾਕੂਲ ਹੁੰਦੇ ਆ। ਔਰ ਮਾਲ ਚੈੱਕ ਕਰਾਉਣਾ, ਵੀਡੀਓ ਪੂਰੀ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਨੀ ਆ, ਤਾਂ ਦੇਖਣੀ ਲਾਜ਼ਮੀ ਆ। ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਵੀ ਕਰ ਲਓ। ਕਿੰਨੇ ਜਾਨਵਰ ਆ ਹੁਣ ਇਸ ਟਾਈਮ ਤੇਰੇ ਕੋਲ? 7-8 ਖਰੇ ਨੇ ਮਾਲ, ਸਵੇਰ 4-5 ਸੇਲ ਹੋ ਗਏ ਸਰ। ਅੱਛਾ, 4-5 ਸੇਲ ਦਿੱਤੇ ਆ ਨਾ। ਆਨਲਾਈਨ ਵੇਚੋ ਵੀ? ਆਨਲਾਈਨ ਵੇਚੋ। ਗੁੱਡ ਹੋ ਗਿਆ। ਆਹ ਜਿਹੜਾ ਪਹਿਲੇ ਨੰਬਰ 'ਤੇ ਅਲੱਗ ਬੱਚਾ, ਹਾਂਜੀ, ਇਹਦਾ ਵਜ਼ਨ ਵੀ ਦੱਸ ਦੇ, ਇਹਦਾ ਪਿਆਰ ਮੁਹੱਬਤ ਵੀ ਦੱਸ। ਬੜਾ ਸੋਹਣਾ ਦਿੱਤਾ ਹੀ, ਕੋਈ 5 ਕਿਲੋ ਉੱਪਰ ਹੀ ਹੈਗਾ। ਠੀਕ ਹੈ, ਕੰਮ ਨੇ ਉੱਪਰ ਠੀਕ ਹੋ ਗਿਆ। ਦੋਨ ਦੀ ਕੱਢੀ ਜਾਂਦਾ ਹੈ, 2,85,000 ਰੁਪਏ ਦੀ ਡਿਮਾਂਡ ਹੈ। ਪਿਆਰ ਮੁਹੱਬਤ ਹੋ ਜਾਏ, ਕਮੀ ਪੇਸ਼ੀ ਕਰ ਲਓ, ਪਿਆਰ ਮੁਹੱਬਤ ਹੋ ਜਾਏਗਾ। 2,85,000 ਰੁਪਏ ਡਿਮਾਂਡ ਆ, ਪਿਆਰ ਗੁੰਜਾਇਸ਼ ਵਾਲੇ ਰੇਟ ਦਿੱਤੀ ਆ ਨਾਲੋਂ ਨਾਲ ਹੀ। ਇਹ 2,55,000 ਰੁਪਏ, 2,55,000। ਥੋੜ੍ਹਾ ਜਿਹਾ ਸਾਈਡ 'ਤੇ ਲਾਇਆ ਨਾ। ਇਹਦਾ ਵਜ਼ਨ ਕਿੰਨਾ ਕੁ ਹੈ ਤਕਰੀਬਨ? ਇਹਦੇ 4 ਮਾਣ, 4 ਮਾਣ ਦੇ ਕਰੀਬ ਵਿਹੜਾ ਹੈ। ਕਰੀਬ ਹੀ, ਜ਼ਿਆਦਾ ਨਹੀਂ। ਜੋੜ ਬਾਜ਼ੂ ਚੰਗਾ, ਬੱਚੇ ਦਾ ਸਿੰਗਾਂ ਤੋਂ ਬਗੈਰ ਆ ਜੀ। ਇਹਦਾ ਕੀ ਮੁੱਲ ਕਰ ਰਿਹਾ? 2,45,000 ਰੁਪਈਆ। 2,45,000 ਖੀਰਾ ਬੱਚਾ? ਖੀਰਾ ਜ਼ਬਰਦਸਤ ਹੋ ਗਿਆ। ਅੱਗੇ ਚੱਲੋ, ਅਬਲਕ ਬੱਚਾ, ਕਾਲਾ ਪਟੇਲਾ, ਇਹਦਾ 2,75,000 ਰੁਪਈਆ। ਇਹਦਾ ਵਜ਼ਨ ਕਿੰਨਾ ਕੁ ਹੈ? 4 ਮਾਣ ਤੋਂ ਕਰਾ। ਸਾਰਾ ਮਾਲ ਹੈ ਜੀ, ਕਲਰ ਵਾਲਾ। ਸਾਦਾ ਜਾਨਵਰ ਲੈਣਾ ਹੋਵੇ ਉਹ ਫਿਰ ਅਲੱਗ ਰੇਟ ਹੁੰਦਾ ਥੋੜ੍ਹਾ ਜਿਹਾ। ਇਹ ਕਲਰ ਸਮਝ ਲਓ ਕਿ ਫੈਂਸੀ ਮਾਲ ਆ, ਫੈਂਸੀ ਮਾਲ ਆ, ਖੂਬਸੂਰਤ ਮਾਲ ਆ। ਸ਼ੇਖ ਮਹਿਨ ਜੋ ਜਾ ਕੇ ਇਹਨਾਂ ਵੈੜਿਆਂ ਦਾ ਰੇਟ ਲਈਏ, ਬੜੇ ਬੜੇ ਰੇਟ ਆਉਂਦੇ ਨੇ। ਇਸ ਵੈੜੇ ਦਾ ਕੀ ਮੁੱਲ ਕਰ ਰਹੇ? 2,75,000 ਰੁਪਇਆ। 2,75,000 ਇਹਦਾ ਵਜ਼ਨ ਕਿੰਨਾ ਕੁ ਆ? ਇਹਦਾ 4.5 ਮਾਣ। ਚੰਗਾ ਵੈੜਾ, ਚੰਗਾ ਭਾਰਾ ਵੀ ਆ, ਲੰਮਾ ਵੀ ਆ। ਖੀਰਾ? ਖੀਰਾ ਅੱਛਾ। ਇਹ ਜਿਹੜਾ ਕਾਲਾ ਚੋਲਿਸਤਾਨ ਬੱਚਾ, 4.25 ਮਾਣ, ਇਹਦਾ ਕੀ ਮੁੱਲ ਕਰ ਰਹੇ? 2,55,000 ਰੁਪਇਆ। ਨੰਬਰ ਸ਼ੰਬਰ ਬੋਲੋ ਤਾਂ ਆਪਣਾ। 0308-5324-5524-0151 ਹਾਂ। ਇੱਕ ਪਾਂਡੇ ਬੱਚਾ, ਉਸਦੀ ਤੁਹਾਨੂੰ ਵੀਡੀਓ ਭੇਜ ਦਵਾਂਗਾ, ਉਹ ਵੇਚ ਲਾ। ਚਲੋ, ਪਾਂਡੇ ਦੀ ਵੀ ਵੀਡੀਓ ਭੇਜ ਦੇਣਾ। ਅਤੇ ਤਹਿਸੀਲ ਮੀਆਂ ਚੰਨੂ? ਤਹਿਸੀਲ ਮੀਆਂ ਚੰਨੂ, ਜ਼ਿਲ੍ਹਾ ਖਾਨੇਵਾਲ। ਇਹਨਾਂ ਨੂੰ ਤੁਸੀਂ ਮਿਲ ਸਕਦੇ ਆ, ਜੇਕਰ ਤੁਹਾਡੇ ਕੋਲ ਟਾਈਮ ਆ ਤਾਂ ਤੁਸੀਂ ਇਹਨਾਂ ਦੇ ਡੇਰੇ 'ਤੇ ਚਲੇ ਜਾਓ। 7-8 ਵਜੇ ਇਸ ਟਾਈਮ ਦਿਖਾ ਦਿੱਤੇ ਤੁਹਾਨੂੰ। ਇਹ ਜੀ ਇਹਨਾਂ ਦੇ ਜਾਨਵਰਾਂ ਦਾ ਜ਼ਰਾ ਕਲਰ ਵੀ ਚੈੱਕ ਕਰ ਲਓ, ਬੜਾ ਖੂਬਸੂਰਤ ਕਲਰ ਵਾਲਾ ਮਾਲ ਆ ਸਾਰਾ। ਇੱਕ ਹੁੰਦਾ ਸਾਦਾ ਜਾਨਵਰ, ਇੱਕ ਹੈ ਫੈਂਸੀ ਮਾਲ, ਇਹ ਹੈ ਸਾਰਾ ਫੈਂਸੀ ਮਾਲ। ਕਸਟਮਰ ਕਿੱਥੋਂ ਦਾ ਪੈਂਦਾ ਜ਼ਿਆਦਾ ਤੁਹਾਨੂੰ? ਆਪਣੇ ਕਰਾਚੀ ਦਾ ਪੈਂਦਾ ਜ਼ਿਆਦਾ। ਜ਼ਿਆਦਾ ਕਸਟਮਰ ਕਰਾਚੀ 'ਚੋਂ ਆ ਰਿਹਾ? ਇਹ ਪਸੰਦ ਵੀ ਕਲਰ ਵਾਲੇ ਕਰਾਚੀ ਦੇ ਬੰਦੇ ਕਰਦੇ। ਠੀਕ ਹੋ ਗਿਆ ਫੈਸਲ ਭਾਈ, ਮਾਲ ਮਾਸ਼ਾਲਾ ਸੋਹਣਾ ਤੇਰਾ। ਬਾਕੀ ਨੰਬਰ ਤੇਰਾ ਉੱਤੇ ਲਾ ਦਿੰਦੇ ਵੀਡੀਓ 'ਤੇ, ਠੀਕ ਹੈ। ਇਹ ਜੀ ਅਬਲਕ ਪਾਂਡਾ, ਬੜਾ ਹੀ ਖੂਬਸੂਰਤ ਬਲੈਕ ਕਲਰ ਦਾ, ਸਿੰਗਾਂ ਤੋਂ ਬਗੈਰ। ਇਹ ਵੀ ਵੈੜਾ ਫੈਸਲ ਭਾਈ ਦੇ ਡੇਰੇ 'ਤੇ ਖੜ੍ਹਾ ਇਸ ਟਾਈਮ। ਇਹਦੀ ਜਿਹੜੀ ਡਿਮਾਂਡ ਕਰ ਰਹੇ ਨੇ, 5 ਲੱਖ ਰੁਪਇਆ ਡਿਮਾਂਡ ਕਰ ਰਹੇ ਨੇ ਫੈਸਲ ਭਾਈ। ਬਾਕੀ ਕਲਰ ਪ੍ਰਿੰਟ ਤੁਹਾਡੇ ਸਾਹਮਣੇ ਆ, ਔਰ ਖੂਬਸੂਰਤ ਬੈਠਾ, ਵਜ਼ਨ ਵੀ ਠੀਕ ਠਾਕ ਹੈ, ਔਰ ਬਾਕੀ ਸ਼ਾਈਨਿੰਗ ਬਹੁਤ ਅੱਛੀ ਹੈ। ਯਾਨੀ ਕਿ ਬਲੈਕ ਕਲਰ ਜਿਹੜਾ ਬਲੈਕ ਆ, ਜਿਹੜਾ ਵਾਈਟ ਕਲਰ ਆ ਉਹ ਟੋਟਲ ਵਾਈਟ ਆ। ਬਾਕੀ ਸਕਰੀਨਸ਼ਾਟ ਭੇਜ ਦਿਓ, ਜੋ ਮੁਹੱਬਤ ਹੋ ਸਕੀ ਇਨਸ਼ਾਅੱਲਾ ਲਾਜ਼ਮੀ ਕਰਨਗੇ ਫੈਸਲ ਭਾਈ।